ਡਾਕਟਰ ਸਾਹਿਬ ਤੁਸੀਂ ਪੀਐਮ ਨੂੰ ਮਿਲੇ ਸੀ ਉਹਨਾਂ ਨੇ ਉਹ ਗੱਲ ਹੀ ਨਾ ਦੱਸੀ ਹੋਵੇ ਮੈਂ ਦੋਵਾਂ ਨੂੰ ਜਾ ਕੇ ਇਹ ਐਕਸਪਲੇਨ ਕੀਤਾ ਔਰ ਦੋਵਾਂ ਦੇ ਕਮਰੇ ਨਾਲ ਨਾਲ ਨੇ ਔਰ ਪ੍ਰਧਾਨ ਮੰਤਰੀ ਜੀ ਨੂੰ ਦੋਵਾਂ ਨੂੰ ਮਿਲਿਆ ਸੀ ਤੇ ਪਿਊਸ਼ ਗੋਇਲ ਸਾਹਿਬ ਸੀ ਉਹਨਾਂ ਨੂੰ ਪਤਾ ਸੀ ਮੈਂ ਉਹਨਾਂ ਨੂੰ ਮਿਲਿਆ ਸੀ बाबूशाही टाइम थोड़ा सब का स्वागत है। मैं बलजीत बल्ली एडिटर बाबूशाही.com बाबूशाही नेटवर्क तशी नज़र मीडिया मौजूदा सियासी माहौल यहो जहा है कि जदों कोई नेता किसी आपस मिलते हैं या एक दूजे ने मिलते हैं तो उदों बहुत सारी चर्चा होने लग जाती है तो खास करके जदों कोई नेता बीजेपी के सीनियर नेतावान जां प्रधानमंत्री जां किसे केंद्रीय मंत्री नूं मिले तो वह भी कांग्रेसी नेता तो कुदरती तौर पर चर्चा होनी या सवाल उठने लाजमी है। तो डॉक्टर अमर सिंह कांग्रेस के MP ने वो बीते दिन प्रधानमंत्री नरेंद्र मोदी अते रेलवे मिनिस्टर नूं मिले तो उन्हां बारे जिहड़ी है वह फिर चर्चा होनी कुदरती है भी क्यों मिले सवाल उठने जरूरी है इन्हां दिनां सियासी माहौल इहो जिहा है। सो असीं उन्हां तों जाणांगे डॉक्टर अमर सिंह तों कि वह किस मुद्दे ते प्रधानमंत्री नूं मिले ते की असल च कारण की सीगा। हाँ जी हाँ जी डॉक्टर साहब तुसीं PM नूं मिले सी ते उहदे च की मुद्दा उठाया सी? नहीं जी मैं रेलवे मिनिस्टर साहब नूं जी और ਦੋਵਾਂ ਦੇ ਕਮਰੇ ਨਾਲ ਨਾਲ ਨੇ ਔਰ ਪ੍ਰਧਾਨ ਮੰਤਰੀ ਜੀ ਨੂੰ ਵੀ ਦੋਵਾਂ ਨੂੰ ਮਿਲਿਆ ਸੀ ਉੱਥੇ ਪਾਰਲੀਮੈਂਟ ਚ ਮੇਰੇ ਪਾਰਲੀਮੈਂਟ ਹਾਂਜੀ ਹਾਂਜੀ ਪਾਰਲੀਮੈਂਟ 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 ਹਾਊਸ ਚ ਓਕੇ ਹਾਂਜੀ ਪਾਰਲੀਮੈਂਟ ਚ ਮਿਲਿਆ ਸੀ ਕਿਉਂਕਿ ਮੈਂ ਪਿਛਲੇ 1.5 ਸਾਲ ਤੋਂ ਹਾਂਜੀ ਸਾਲ 1.5 ਸਾਲ ਤੋਂ ਰੇਲਵੇ ਮਿਨਿਸਟਰ ਚੇਅਰਮੈਨ ਰੇਲਵੇ ਬੋਰਡ ਕੋਈ ਅਫਸਰ ਨਹੀਂ ਛੱਡਿਆ ਜਿਹਨੂੰ ਮੈਂ ਮਿਲਿਆ ਨਹੀਂ ਔਰ ਮੈਂ ਬਾਰ-ਬਾਰ ਕਹਿੰਦਾ ਸੀ ਵੀ ਫਤਿਹਗੜ੍ਹ ਸਾਹਿਬ ਦੀ ਜਿਹੜੀ ਕੁਰਬਾਨੀ ਆ ਹਾਂਜੀ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੇ ਜਿਉਂਦੇ ਨੀਹਾਂ 'ਚ ਚਿੰਡਦੇ ਸੀ ਉਦੋਂ ਵੱਡੀ ਕੁਰਬਾਨੀ ਦੁਨੀਆਂ 'ਚ ਕੋਈ ਨਹੀਂ ਹੈਗੀ ਜੀ ਔਰ ਹੋਇਆ ਕੀ ਕਿ ਰੇਲਵੇ ਨੇ ਹਾਂਜੀ ਰੇਲਵੇ ਨੇ ਡਿਪਾਰਟਮੈਂਟ ਨੇ ਕੀ ਕੀਤਾ ਕਿ ਉੱਥੋਂ ਬਹੁਤ ਸਾਰੀਆਂ ਟ੍ਰੇਨਾਂ ਡਾਈਵਰਟ ਕਰਕੇ ਚੰਡੀਗੜ੍ਹ ਵੱਲ ਨੂੰ ਕਰਤੀਆਂ ਅੱਛਾ ਹਾਂ ਸਰਹੰਦ ਨੂੰ ਵਿੱਚੋਂ ਕੱਢਤਾ ਸਰਹੰਦ ਸਟੇਸ਼ਨ ਆ ਬਹੁਤ ਇੰਪੋਰਟੈਂਟ ਕੋਈ ਉਹਦਾ ਅੱਛਾ ਹੁਣ ਕੀ ਆ ਇਹ 25-26-27 ਦਸੰਬਰ ਨੂੰ ਜੋੜ ਮੇਲਾ ਆ ਰਿਹਾ ਜੋੜ ਮੇਲਾ ਜਿਹੜਾ ਤੇ ਮੈਂ ਫਿਰ ਰੇਲਵੇ ਮਿਨਿਸਟਰ ਸਾਹਿਬ ਔਰ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਟਾਈਮ ਲਿਆ ਜੀ ਦੋਵਾਂ ਤੋਂ ਹੀ ਮੈਂ ਕਿਹਾ ਵੀ ਦੋਵਾਂ ਨੂੰ ਹੋ ਸਕਦਾ ਵੀ ਅਫਸਰਾਂ ਨੇ ਚੇਅਰਮੈਨ ਰੇਲਵੇ ਬੋਰਡ ਉਹਨਾਂ ਨੇ ਉਹ ਗੱਲ ਹੀ ਨਾ ਦੱਸੀ ਹੋਵੇ ਮੈਂ ਦੋਵਾਂ ਨੂੰ ਜਾ ਕੇ ਇਹ ਐਕਸਪਲੇਨ ਕੀਤਾ ਕਿ ਸਾਹਿਬ ਸਾਡੇ ਸਿੱਖਾਂ ਲਈ ਸਾਡੀ ਕੌਮ ਲਈ ਸਾਡੇ ਧਰਮ ਲਈ ਫਤਿਹਗੜ੍ਹ ਸਾਹਿਬ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਡੇ ਲਈ ਕੋਈ ਹੋਰ ਪਵਿੱਤਰ ਜਗ੍ਹਾ ਨਹੀਂ ਹੈਗੀ ਜੀ ਬਿਲਕੁਲ ਠੀਕ ਹੈ ਤੇ ਇਹਦੀਆਂ ਤੁਸੀਂ ਇਹ ਦੱਸੋ ਮੈਂ ਕਿਹਾ ਮੈਂ ਉਹ ਗੱਲ ਕਹਿਣੀ ਨਹੀਂ ਚਾਹੁੰਦਾ ਤੁਸੀਂ ਕਦੇ ਬਨਾਰਸ ਦੀਆਂ ਜਾਂ ਇਲਾਹਾਬਾਦ ਦੀਆਂ ਟ੍ਰੇਨ ਕਦੇ ਤੁਸੀਂ ਡਾਈਵਰਟ ਕੀਤੀਆਂ ਨੇ? ਹਾਂਜੀ ਹਾਂਜੀ ਤੇ ਸਵਾਲ ਕੀਤਾ ਕੁੰਭ ਮੇਲਾ ਸੀ ਉੱਥੇ 700 ਟ੍ਰੇਨਾਂ ਤੁਸੀਂ ਸਰਪਲਸ ਦਿੱਤੀਆਂ ਬਨਾਰਸ ਨੂੰ ਹਰ ਚੀਜ਼ ਭੇਜਦੇ ਹੋ ਹਾਂਜੀ ਮੈਂ ਕਿਹਾ ਸਾਡਾ ਸਿੱਖਾਂ ਦਾ ਜਿਹੜਾ ਇੰਨਾ ਪਵਿੱਤਰ ਜਗ੍ਹਾ ਹੈਗੀ ਆ ਫਤਿਹਗੜ੍ਹ ਸਾਹਿਬ ਉਹਦੀਆਂ ਟ੍ਰੇਨਾਂ ਕਿਉਂ ਤੁਸੀਂ ਬੰਦ ਕੀਤੀਆਂ ਨੇ ਦੂਸਰੀ ਜਗ੍ਹਾ ਨੂੰ ਕਿਉਂ ਕੀਤੀਆਂ ਔਰ ਇਹ ਸਾਲ 1.5 ਸਾਲ ਤੋਂ ਗੱਲ ਚੱਲਦੀ ਆ ਹੁਣ ਨੀ ਅੱਛਾ ਕੋਈ ਰਿਜ਼ਲਟ ਮੈਨੂੰ ਮਿਲਿਆ ਨੀ ਅੱਛਾ ਇਸ ਕਰਕੇ ਮੈਂ ਰੇਲਵੇ ਮਿਨਿਸਟਰ ਸਾਹਿਬ ਔਰ ਪ੍ਰਧਾਨ ਮੰਤਰੀ ਦੋਵਾਂ ਕੋਲ ਹੀ ਗਿਆ ਅੱਛਾ ਮੈਂ ਕਿਹਾ ਜੀ ਏਡੋ ਵੱਡੀ ਰਿਆਤੀ ਕੀ ਹੋ ਸਕਦੀ ਆ ਸਾਡੇ ਨਾਲ ਬਿਲਕੁਲ ਵੀ ਰਿਆਤੀ ਹੋ ਜਾਂਦਾ ਪੜਿਆ ਲਿਖਿਆ MP ਮੈਂ ਬਾਰ ਬਾਰ ਸਾਲ 1.5 ਸਾਲ ਤੋਂ ਕਹੀ ਜਾਂਦਾ ਕਿ ਭਾਈ ਜੋ ਵੀ ਤੁਹਾਡੇ ਕਾਰਨ ਹੋਣ ਸਾਡੇ ਤੁਹਾਨੂੰ ਜਿਵੇਂ ਹੁਣ ਦੱਸਦਾ ਸੱਚਖੰਡ ਐਕਸਪ੍ਰੈਸ ਉੱਥੋਂ ਸਰਹੰਦ ਤੋਂ ਬੰਦ ਕਰਤੀ ਹੈ ਕਿਤੇ ਹੋਰ ਕਰਤਾ ਹਾਂਜੀ ਪੰਜਾਬ ਚ ਮੈਸੇਜ ਕੀ ਜਾਣਾ ਚਾਹੁੰਦੇ ਹੋ ਕਿ ਜਿੰਨੀਆਂ ਸਾਡੀਆਂ ਧਾਰਮਿਕ ਟ੍ਰੇਨਾਂ ਨੇ ਜਿਹਨਾਂ ਨੂੰ
नादेड़ साहब नू किसी ने जाना होवे, हेमकंड साहब नू जाना पवे, और दलित भाईचारा दे लोगां ने अगर बनारस बेगमपुरा एक्सप्रेस ते जाना, तुसी वो सारियां डाइवर्ट कर दिया। ये तो गल नहीं ना बनदी। हां जी, ते ओ मैं मतलब बेनती भी करन गया सी, गिला भी करन गया सी, दोवे गल्लां करन गया। की फिर हंगारा किसी उन्हां दा की कहंदे? देखो दोवां ने मैनू हंगारा दिता कि नहीं इहदा असीं हल करांगे। अच्छा अच्छा, दोवां ने ਇਹ ਕਿਹਾ ਕਿ ਅਸੀਂ ਇਹਦਾ ਹੱਲ ਕਰਾਂਗੇ, ਕਿਉਂਕਿ ਉਸ ਲੈਵਲ ਤੇ ਇਹ ਪੂਰੀ ਜਾਣਕਾਰੀ ਤਾਂ ਹੁੰਦੀ ਨੀ ਮੈਂ, ਕਿਉਂਕਿ ਮੈਂਬਰ ਪਾਰਲੀਮੈਂਟ ਆ, ਮੈਨੂੰ ਤਾਂ ਪਤਾ ਹੈਗਾ ਕਿ ਸਾਲ ਸਵਾ ਸਾਲ ਤੋਂ ਇਹ ਰੇਲਵੇ ਦੇ ਜਿਹੜੇ ਅਫਸਰ ਹੈਗੇ ਉਹਨਾਂ ਦੇ ਸਾਡੀਆਂ ਟ੍ਰੇਨਾਂ ਕਿਸੇ ਹੋਰ ਪਾਸੇ ਭੇਜੀ ਜਾ ਰਹੇ। ਉਹਨਾਂ ਦੇ ਪਹਿਲਾਂ ਧਿਆਨ ਚ ਨਹੀਂ ਸੀ ਤੁਸੀਂ ਚਿੱਠੀਆਂ ਚੁੱਠੀਆਂ ਦਾ? ਮੈਂ ਲਿਖੀਆਂ ਸੀ ਪਹਿਲਾਂ ਵੀ। ਨਹੀਂ ਨਹੀਂ ਚਿੱਠੀਆਂ ਅਸੀਂ ਬਹੁਤ ਲਿਖੀਆਂ, ਮੈਂ ਤਾਂ ਸਾਲ ਡੂਢ ਸਾਲ ਤੋਂ ਲਿਖੀ ਜਾਂਦਾ। ਅੱਛਾ, ਉਹ ਪਰ ਪ੍ਰਧਾਨ ਮੰਤਰੀ ਲੈਵਲ ਤੇ ਤਾਂ ਹੋ ਨਹੀਂ ਸਕਦਾ ਕਿ ਉਹਨਾਂ ਨੂੰ ਤਾਂ ਕਿਵੇਂ ਪਤਾ ਹੋਊਗਾ। ਹਾਂਜੀ ਹਾਂਜੀ ਹਾਂਜੀ, ਰੇਲਵੇ ਮਿਨਿਸਟਰ ਜਿਹੜੇ ਪਿਛਲੇ ਪਿਊਸ਼ ਗੋਇਲ ਸਾਹਿਬ ਸੀ, ਉਹਨਾਂ ਨੂੰ ਪਤਾ ਸੀ, ਮੈਂ ਉਹਨਾਂ ਨੂੰ ਮਿਲਿਆ ਸੀ। ਅੱਛਾ ਅੱਛਾ, ਉਹਨਾਂ ਨੂੰ ਪਤਾ ਸੀ। ਇਹਨਾਂ ਨੂੰ ਵੀ ਫਿਰ ਮੈਂ ਨਵੀਂ ਚਿੱਠੀ ਦਿੱਤੀ ਕਿ ਤੁਸੀਂ ਨਵੇਂ ਮਿਨਿਸਟਰ ਬਣੇ ਹੋ। ਹਾਂਜੀ ਹਾਂਜੀ, ਪਰ ਤੁਸੀਂ ਇਹ ਵਾਲਾ ਕੰਮ ਨਾ ਕਰੋ ਜਿਹੜਾ ਤੁਸੀਂ ਹੁਣ ਕਰ ਰਹੇ ਹੋ ਜੀ। ਹਾਂਜੀ, ਤੇ ਇਸ ਕਰਕੇ ਦੋਵਾਂ ਨੂੰ ਮੈਂ ਮਿਲਿਆ ਸੀ। ਅੱਛਾ, ਔਰ ਦੋਵਾਂ ਨੇ ਕਿਹਾ ਕਿ ਅਸੀਂ ਇਹਦਾ ਹੱਲ ਕਰਾਂਗੇ। ਹੁਣ ਦੇਖਦੇ ਹਾਂ ਕਿ ਹੱਲ ਕੀ ਕਰਦੇ ਆ, ਨਹੀਂ ਤਾਂ ਫਿਰ ਮੈਂ ਫੇਰ ਪਾਰਲੀਮੈਂਟ ਚ ਵੀ ਬੋਲੂਗਾ, ਫੇਰ ਦੁਬਾਰਾ ਜਾਊਂਗਾ ਕਿ ਜੀ ਇਹ ਸਰਹੰਦ ਸ੍ਰੀ ਫਤਿਹਗੜ੍ਹ ਸਾਹਿਬ ਨਾਲ ਬਹੁਤ ਜ਼ਿਆਦਾ ਹੈ ਕਿ ਤੁਸੀਂ ਸਾਡੀਆਂ ਉੱਥੋਂ ਜਿਹੜੀਆਂ ਸਾਡੀਆਂ ਧਾਰਮਿਕ ਜਗ੍ਹਾ ਦੀਆਂ ਟ੍ਰੇਨਾਂ ਉਹ ਡਾਈਵਰਟ ਕੀਤੀ। ਉਹ ਆਪ ਵੀ ਮੰਨਦੇ ਨੇ ਇੱਕ ਪਾਸੇ, ਤਾਂ ਉਹ ਇਹ ਨੀ ਤੁਸੀਂ ਸਵਾਲ ਕੀਤਾ ਵੀ ਇੱਕ ਪਾਸੇ ਤਾਂ ਤੁਸੀਂ ਬੜੇ ਸਾਡੇ ਮਤਲਬ ਜਿਹੜੇ ਸਿੱਖ ਗੁਰੂਆਂ ਦੇ ਗੁਣਗਾਨ ਕਰਦੇ ਹੋ, ਮੰਨਦੇ ਹੋ, ਇਹ ਨੀ ਤੁਸੀਂ ਕਿਹਾ ਵੀ ਇੱਕ ਪਾਸੇ ਤੁਸੀਂ? ਸਾਰੀਆਂ ਗੱਲਾਂ ਕਹਿ ਕੇ ਆਇਆ ਜੀ। ਹਾਂਜੀ, ਸਾਰੀਆਂ ਗੱਲਾਂ ਕਹਿ ਕੇ ਆਇਆ, ਔਰ ਮੈਂ ਜਿਸ ਤਰ੍ਹਾਂ ਦਾ ਦੋਵਾਂ ਦਾ ਪ੍ਰਧਾਨ ਮੰਤਰੀ ਜੀ ਦਾ ਰੇਲਵੇ ਮਿਨਿਸਟਰ ਦਾ ਰਿਸਪੌਂਸ ਸੀ, ਮੇਰਾ ਖਿਆਲ ਕੋਈ ਨਾ ਕੋਈ ਪੋਜ਼ਿਟਿਵ, ਦੇਖੋ ਰਿਸਪੌਂਸ ਤਾਂ ਬਹੁਤ ਸੋਹਣਾ ਸੀ। ਹੁਣ ਆਪਾਂ ਠੀਕ ਹੈ ਪਤਾ ਕਰ ਲੈਂਦੇ ਹਾਂ ਕਿ 2-4 ਦਿਨ ਵੇਟ ਕਰਦੇ ਆ ਵੀ ਕੀ ਕਰਦੇ ਹੈਗੇ ਆ, ਕਿਉਂਕਿ ਮੈਂ ਕਿਹਾ ਸੀ ਜੀ 25-26-27 ਦਸੰਬਰ ਨੂੰ ਸ਼ਹੀਦੀ ਜੋੜ ਮੇਲਾ, ਔਰ ਇਸ ਜੋੜ ਮੇਲੇ ਚ ਘੱਟੋ ਘੱਟ 70-80 ਲੱਖ ਕੇ ਕਰੋੜ ਆਦਮੀ ਆਉਂਦਾ 15-20 ਦਿਨ। ਹਾਂ, ਬਹੁਤ ਉਹਦਾ ਗਿਣਤੀ ਨਹੀਂ ਹੁੰਦੀ ਕੋਈ, ਉਹਦਾ ਗਿਣਤੀ ਨਹੀਂ ਹੁੰਦੀ ਉੱਥੇ ਕੋਈ। ਮੈਂ ਕਿਹਾ ਤੁਸੀਂ ਉਹਨਾਂ ਨੂੰ ਸਗੋਂ, ਮੈਂ ਨਾਲ ਮੰਗ ਕੀਤੀ ਹੈ ਕਿ ਸਪੈਸ਼ਲ ਟ੍ਰੇਨਾਂ ਲਾਓ, ਸਪੈਸ਼ਲ ਟ੍ਰੇਨ ਚਲੋ ਠੀਕ ਹੈ, ਔਰ ਜੋੜ ਮੇਲੇ ਲਈ ਸਪੈਸ਼ਲ ਫੰਡ ਦਿਓ ਜੀ, ਇਹ ਵੀ ਮੰਗ ਕੀਤੀ। ਠੀਕ ਹੈ, ਇਹ ਵੀ ਮੰਗ ਮੈਂ ਕੀਤੀ, ਮੈਂ ਤੁਹਾਨੂੰ ਚਿੱਠੀ ਭੇਜਦਾ ਜਿਹੜੀ ਮੈਂ ਰੇਲਵੇ ਮਿਨਿਸਟਰ ਸਾਹਿਬ ਔਰ ਪ੍ਰਧਾਨ ਮੰਤਰੀ ਜੀ ਨੂੰ ਲਿਖੀ ਆ। ਅਸੀਂ ਇਹ ਬਿਲਕੁਲ, ਕਿੰਨੀ ਕੁ ਦੇਰ ਹੋਈ, ਕਿੰਨੀ ਕੁ ਦੇਰ ਗੱਲ ਹੋਈ ਪੀਐਮ ਨਾਲ, ਕਿੰਨੀ ਕੁ ਮਿੰਟ ਹੋਈ? ਮੈਨੂੰ ਪਤਾ, ਮੈਂ ਤਾਂ ਹੀ ਤੁਹਾਡੇ ਨਾਲ ਗੱਲ, ਤੁਹਾਡੀ ਗੱਲ ਜੋੜ ਮੇਲਾ ਆ ਰਿਹਾ ਔਰ ਉਹਦੇ ਚ ਇੰਨਾ ਜ਼ਿਆਦਾ। ਅੱਛਾ, ਮੈਨੂੰ ਕੁਲਜੀਤ ਸਿੰਘ ਨਾਗਰਾ MLA ਸਾਹਿਬ ਨੇ ਫੋਨ ਕੀਤਾ ਕਿ ਸਾਹਿਬ ਤੁਸੀਂ ਮਿਨਿਸਟਰ ਸਾਹਿਬ ਨੂੰ, ਪ੍ਰਾਈਮ ਮਿਨਿਸਟਰ ਸਾਰਿਆਂ ਨੂੰ ਦੱਸੋ ਕਿ ਤੁਸੀਂ ਫਤਿਹਗੜ੍ਹ ਸਾਹਿਬ ਨਾਲ ਜ਼ਿਆਦਤੀ ਕਿਉਂ ਕਰ ਰਹੇ ਹੋ। ਠੀਕ ਹੈ ਠੀਕ ਹੈ, ਉਹਦਾ ਕੋਈ ਸਿਆਸੀ ਦਾ ਕੀ ਮਤਲਬ ਹੈਗਾ? ਨਹੀਂ, ਮੈਂ ਤਾਂ ਕਹਿ ਰਿਹਾ, ਮੈਂ ਕਿਹਾ ਮੈਂ ਤਾਂ ਤੁਹਾਡੀ ਗੱਲ ਤੁਹਾਡੇ ਨਾਲ ਸਵਾਲ ਜਵਾਬ ਕਰ ਰਿਹਾ, ਤਾਂ ਹੁਣ ਤੁਹਾਡੀ ਗੱਲ ਨੂੰ ਪਹੁੰਚਾਉਣਾ ਚਾਹਣਾ ਤੇ ਕਿ ਕੋਈ ਸਿਆਸੀ ਮਤਲਬ ਨਾ ਕੱਢਿਆ ਜਾਵੇ ਇਹਦਾ। ਨਹੀਂ ਨਹੀਂ, ਇਹਦਾ ਕਾਹਦਾ, ਇਹਦਾ ਮੇਰੀਆਂ ਅਗਰ ਟ੍ਰੇਨਾਂ ਡਾਈਵਰਟ ਕੀਤੀਆਂ ਨੇ ਔਰ ਮੈਂ ਸਾਲ ਤੋਂ ਲੱਗਿਆ ਗਿਆ ਹੈਗਾ, ਠੀਕ ਹੈ, ਔਰ ਰੇਲਵੇ ਅਗਰ ਕੋਈ ਜਵਾਬ ਨਹੀਂ ਦੇ ਰਿਹਾ ਤੇ ਮੈਨੂੰ ਲੱਗਿਆ ਕਿ ਪ੍ਰਧਾਨ ਮੰਤਰੀ ਨੂੰ ਵੀ ਦੱਸੀਏ ਕਿ ਸਰਹੰਦ ਬਿਲਕੁਲ ਇਤਿਹਾਸ ਉਹਨਾਂ ਨੂੰ ਦੱਸਿਆ। ਮੈਂ ਕਿਹਾ ਜੀ ਆਹ ਇਤਿਹਾਸ ਆ ਸਾਡਾ, ਸਾਡੀਆਂ ਟ੍ਰੇਨਾਂ ਕਿਉਂ ਡਾਈਵਰਟ ਕਰਦੇ ਆ? ਨਾਲੇ ਮੋਦੀ ਸਰਕਾਰ ਇਹ ਦਾਵਾ ਵੀ ਕਰਦੇ ਆ ਨਾ ਵੀ ਅਸੀਂ ਸਿੱਖਾਂ ਦਾ ਬਹੁਤ ਖਿਆਲ ਰੱਖਦੇ ਹਾਂ, ਸਿੱਖ ਭਾਵਨਾਵਾਂ ਦਾ। ਮੈਂ ਤੇ ਕਹਿ ਕੇ ਆਇਆ ਜੀ, ਦੇਖੋ ਮੈਨੂੰ ਦੇਖੋ ਹੁਣ ਕੀ ਕੀ ਕਰਦੇ ਹੈਗੇ। ਮੈਂ ਤੁਹਾਨੂੰ ਪ੍ਰਧਾਨ ਮੰਤਰੀ ਵਾਲੀ ਔਰ ਰੇਲਵੇ ਮਿਨਿਸਟਰ ਵਾਲੀ ਜਿਹੜੀਆਂ ਹੁਣ ਦੀਆਂ ਚਿੱਠੀਆਂ ਨੇ, ਪਿਛਲੀਆਂ ਤਾਂ ਮੈਂ ਕਈ ਵਾਰੀ ਲਿਖ ਚੁੱਕਿਆ ਹੈਗਾ, ਪ੍ਰਧਾਨ ਮੰਤਰੀ ਜੀ ਨੂੰ ਤਾਂ ਨਹੀਂ ਪਹਿਲਾਂ ਕਦੇ ਲਿਖੀ ਸੀ। ਅੱਛਾ, ਪਰ ਕਿਉਂਕਿ ਹੁਣ ਜੋੜ ਮੇਲਾ ਆ ਰਿਹਾ ਤਾਂ ਉਹਨਾਂ ਨੂੰ ਵੀ ਲਿਖਤੀ ਸੀ, ਲੇਕਿਨ ਰੇਲਵੇ ਮਿਨਿਸਟਰ ਨੂੰ ਤਾਂ ਪਹਿਲਾਂ ਵੀ ਚਿੱਠੀਆਂ ਲਿਖੀਆਂ ਨੇ ਜੀ। ਠੀਕ ਹੈ, ਮੈਂ ਤੁਹਾਨੂੰ ਚਿੱਠੀਆਂ ਭੇਜ ਦਿੰਦਾ ਜੀ। ਤੇ ਹੋਰ ਕੋਈ ਸਿਆਸੀ ਗੱਲ ਨਹੀਂ ਹੈਗੀ, ਕੋਈ ਲੈਣਾ ਦੇਣਾ ਨਹੀਂ ਸਿਆਸੀ ਦਾ। ਅੱਛਾ ਅੱਛਾ, ਕੋਈ ਹੋਰ ਇਸ ਵਾਰ ਇਸ ਸੈਸ਼ਨ ਚ ਕੋਈ ਆਪਣੇ ਪੰਜਾਬ ਦਾ ਜਾਂ ਇੱਥੋਂ ਦਾ ਜਿਹੜਾ ਹਲਕੇ ਦਾ ਮੁੱਦਾ ਕੋਈ ਹੋਰ ਉਠਾਉਣਾ ਹੋਵੇ ਤੇ ਜਾਂ ਉਠਾਇਆ ਹੋਵੇ? ਨਹੀਂ ਨਹੀਂ, ਮੈਂ ਤਾਂ ਦੇਖੋ ਜੀ ਪਹਿਲਾਂ ਹੀ ਪਹਿਲੇ ਦਿਨ ਹੀ, ਦੇਖੋ ਮੈਂ ਤਾਂ ਸਭ ਤੋਂ ਪਹਿਲਾਂ ਮੁੱਦਾ ਉਠਾਇਆ ਸੀ ਕਿ ਸਾਹਿਬ MSP ਦਾ ਕਾਨੂੰਨ ਬਣਾਓ ਜੀ,
और वो वीडियो चली भी होनी है हाँ जी सब हाँ जगह जी हाँ मेरी, जी क्योंकि हाँ जी मैं हाँ जी कहा सी कि एमएसपी का कानून बनाओ। हाँ वो खबर भी पाई है हाँ जी मैं कहा भी बिल्कुल, क्योंकि ये तो बगैर, मैं कहा तुसी 1966-67 च एमएसपी शुरू होया सी, जी किन्ने साल हो गए आ, मैं हाँ कहा जी 50-55 साल हो गए आ, जी अजे तक 3-4 फसलां नु ही एमएसपी मिलदा, वो भी थोड़ा बहुत हाँ जी हाँ जी पंजाब हरियाणा च मिल जाता। मैं कहा बाकी सारे हिंदुस्तान च की हाल आ, ये कानून बनाओ, कानून तो बगैर ये काम नहीं होना हैगा। एक तो मैं ये गल कही ठीक सी, है ठीक है दूसरा मैं गल कही सी कि जी साहब तुसी फतेहगढ़ साहब से मैं बोलिया सी कि साहब जेडी वो शहीदी हैगी आ हाँ जी छोटे साहबजादियां दी, वो पार्लियामेंट च वैसे पहला भी मैं एक्सप्लेन कीती सी, एक दिन बाद कीती आ, हाँ वीरवार कीती सी, मैं कह जी ये एडी वड्डी शहीदी आ, हाँ जी इहनू आपां नू हिंदुस्तान नू सारे नू उसे तरह रेकग्नाइज करना चाहिदा, और उन्होंने इंटरनेशनल टूरिस्ट सर्किट से लेके आओ, उसे स्पेशल फंड्स दो, दी कोई स्पेशल डेवलपमेंट करो। जी सारिया धार्मिक स्थाना दा भारत सरकार कर दी आ, हाँ ते हाँ श्री फतेहगढ़ साहब वाल क्यों नहीं ध्यान जांदा हैगा, वो ध्यान मैं लियांदा सी, मैं ठीक है वो पार्लियामेंट च बोलिया सी। ठीक है ये ठीक है दो गल्ला जे एक हफ्ता ही तो होया, दो बारी जहाँ मैं पे ठीक बोलिया, दोवें ठीक बारी, एक बारी एमएसपी ते एक बारी श्री ठीक फतेहगढ़ साहब ठीक ते, ठीक है और जी फिर ये ट्रेनां नु जेड़ा बंद कीता उस करके मैं रेलवे मिनिस्टर साहब और प्राइम प्रधानमंत्री मिनिस्टर जी नु मिलिया सी कि साडा 25-26-27 नु जोड़ मेला आ हाँ रिहा जी हाँ जी हाँ जी साडे लोकां नु, क्योंकि चारे पासे आउणा हुंदा, हाँ तुसी सरहंद हुण ट्रेनां ही नहीं कोई खड़ियां हुंदियां जिहड़ियां वड्डियां ने, तो हाँ उहनां दा काम साडा करके दिओ कि जोड़ मेले च लोकां नु तकलीफ ना होवे। चलो मेहरबानी जी उम्मीद है कि इहदा कोई ना कोई असर होएगा थोड़ी ये जी तो देखो जी, मजबूत मैं हूं कोशिश कर रहा एमपी हैगा तो कोशिश कर चलो रहा हैगा, असीं भी इहनूं हाईलाइट करते हैं मीडिया च तो वो भी उसका भी फर्क पै जांदा हाँ ते जी बहुत चंगा कीता तुसीं इह गल मुद्दा उठाया ते जी 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 मैं शुक्रिया जी कोशिश बहुत कीती मेहरबानी आ, बहुत मेरा मेहरबानी ख्याल है कि भारत सरकार हाँ जी जी कोई ना कोई एदा रिजल्ट दऊगी, क्योंकि हाँ 25-26-27 नू तो जोड़ मेला ही शुरू हो जाना, जे हुण नहीं करदे फिर 25 की तो मतलब एदा हाँ निकलना हुण तो हैगा। फिर हुणे करना पैणा उहनूं हाँ इहदा तां हुणे ठीक है करना पैना। हाँ ठीक है जी जी बहुत हाँ मेहरबानी जी जी हाँ शुक्रिया जी, जी ओके थैंक यू थैंक यू थैंक यू।